ਦੀ ਪੀਏਪੀ ਗਰਾਊਂਡ ਦੇ ਵਿੱਚ ਕੱਲ ਸੀਐਮ ਦੀ ਯੋਗਸ਼ਾਲਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਨੇ। ਭਗਵੰਤ ਮਾਨ ਹੁਣਾਂ ਤੋਂ ਇਲਾਵਾ ਤਮਾਮ ਕੈਬਨਿਟ ਮੰਤਰੀ ਉਹਨਾਂ ਦੇ ਨਾਲ ਐਮਐਲਏ ਮੌਜੂਦ ਰਹਿਣਗੇ। ਇਸ ਸਮੇਂ ਅਸੀਂ ਪੀਏਪੀ ਗਰਾਊਂਡ ਦੇ ਵਿੱਚ ਮੌਜੂਦ ਹਾਂ ਜਿੱਥੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਤੁਹਾਨੂੰ ਤਿਆਰੀਆਂ ਦਿਖਾ ਦਿੰਦੇ ਹਾਂ ਇਸ ਸਮੇਂ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ, ਅਧਿਕਾਰੀ ਇੱਥੇ ਮੌਜੂਦ ਹੈਗੇ ਨੇ। ਤਾਂ ਇਹ ਖੁੱਲੀ ਇੱਕ ਗਰਾਊਂਡ ਜਿਹੜੀ ਹੈ ਇਹ ਤਿਆਰ ਕੀਤੀ ਗਈ ਹੈ ਜਿੱਥੇ ਕੱਲ੍ਹ ਯੋਗਸ਼ਾਲਾ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਖੁਦ ਕੱਲ੍ਹ ਸਵੇਰੇ ਠੀਕ 6 ਵਜੇ ਇੱਥੇ ਪਹੁੰਚਣਗੇ। ਤਾਂ ਉਸ ਤੋਂ ਬਾਅਦ ਜਿਹੜਾ ਇੱਥੇ ਯੋਗਸ਼ਾਲਾ ਦਾ ਪ੍ਰੋਗਰਾਮ ਹੋਵੇਗਾ ਤਾਂ ਵੱਡੀ ਗਿਣਤੀ ਦੇ ਵਿੱਚ ਇਹ ਤਿਆਰੀਆਂ ਕੀਤੀਆਂ ਗਈਆਂ ਨੇ। ਤਾਂ ਬਹੁਤ ਖੁੱਲੀ ਇਹ ਗਰਾਊਂਡ ਹੈਗੀ ਆ ਜਿੱਥੇ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਤੁਹਾਨੂੰ ਲੱਗੇ ਨਜ਼ਰ ਆ ਰਹੇ ਨੇ। ਇਹ ਯੋਗਾ ਵਾਲੇ ਜਿਹੜੇ ਨੇ ਮੈਟ ਇੱਥੇ ਵਿਛਾਏ ਜਾ ਰਹੇ ਨੇ ਕਿਉਂਕਿ ਸਵੇਰੇ ਲਗਭਗ 10,000 ਦੇ ਕਰੀਬ ਲੋਕਾਂ ਦੇ ਪਹੁੰਚਣ ਦੀ ਉਮੀਦ ਹੈਗੀ ਆ। ਤਾਂ ਇਸੇ ਕਾਰਨ ਵੱਡੇ ਪੱਧਰ ਤੇ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਤਾਂ ਇਸ ਮੁਹਿੰਮ ਦੀ ਸ਼ੁਰੂਆਤ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਵੱਲੋਂ ਕੀਤੀ ਗਈ ਸੀਗੀ। ਤਾਂ ਕੱਲ ਸੀਐਮ ਦੀ ਯੋਗਸ਼ਾਲਾ ਦਾ ਪ੍ਰੋਗਰਾਮ ਜਲੰਧਰ ਦੀ ਪੀਏਪੀ ਗਰਾਊਂਡ ਦੇ ਵਿੱਚ ਰੱਖਿਆ ਗਿਆ। ਤਾਂ ਸਾਡੇ ਨਾਲ ਸੀਨੀਅਰ ਅਧਿਕਾਰੀ ਮੌਜੂਦ ਹੈਗੇ ਨੇ, ਰਾਹੁਲ ਗੁਪਤਾ ਜੀ, ਇਹਨਾਂ ਦੇ ਕੋਲੋਂ ਜਾਣਕਾਰੀ ਲੈਣੀ ਆ। ਸਰ, ਕੀ ਕੁਝ ਤਿਆਰੀ ਕੀਤੀ ਗਈ ਹੈ ਕੱਲ ਵਾਸਤੇ? ਕੱਲ ਬਹੁਤ ਹੀ ਮਹੱਤਵਪੂਰਨ ਦਿਵਸ ਹੈਗਾ ਪੰਜਾਬ ਸਰਕਾਰ ਵੱਲੋਂ। ਇੰਟਰਨੈਸ਼ਨਲ ਯੋਗਾ ਡੇ ਆਫ ਦੀ ਯੋਗਾ ਵਾਸਤੇ ਅਸੀਂ ਇਹ ਸੈਲੀਬ੍ਰੇਸ਼ਨਸ ਕਰ ਰਹੇ ਹੈਗੇ ਹਾਂ। 15,000 ਤੋਂ ਵੱਧ ਪਾਰਟਿਸਪੈਂਟਸ ਦੀ ਉਮੀਦ ਹੈਗੀ ਹੈ ਕਿ ਇਸ ਦੇ ਵਿੱਚ ਬੜ ਚੜ੍ਹ ਕੇ ਹਿੱਸਾ ਲੈਣਗੇ। ਔਰ ਸਰਕਾਰ ਵੱਲੋਂ ਸਾਰੇ ਯੋਗਾ ਮੈਟਸ ਦਿੱਤੇ ਜਾ ਰਹੇ ਹੈਗੇ ਨੇ, ਟੀ ਸ਼ਰਟਸ ਦਿੱਤੀਆਂ ਜਾ ਰਹੀਆਂ ਹੈਗੀਆਂ, ਯੋਗਾ ਟ੍ਰੇਨਰ ਸਾਡੇ ਵਿੱਚ ਮੌਜੂਦ ਹੋਣਗੇ। ਔਰ ਅੱਧੇ ਘੰਟੇ ਦਾ ਯੋਗਾ ਸੈਸ਼ਨ ਚੱਲੂਗਾ ਸੁਬਹਾ 6 ਵਜੇ ਤੋਂ ਲੈ ਕੇ 6:30 ਵਜੇ ਤੱਕ। ਠੀਕ ਹੈ, 6 ਤੋਂ 7 ਤੋਂ 7:30 ਵਜੇ ਤੱਕ। ਠੀਕ ਹੈ, ਜਿਹੜੇ ਪਾਰਟਿਸਪੈਂਟ ਆਉਣਗੇ ਤਾਂ ਪੂਰੇ ਪੰਜਾਬ ਤੋਂ ਆ ਰਹੇ ਨੇ, ਕੱਲ 15,000 ਦੇ ਕਰੀਬ ਪਹੁੰਚਣਗੇ। ਹਾਂਜੀ, ਜ਼ਿਆਦਾ ਇਸ ਆਪਣੇ ਏਰੀਏ ਦੇ ਆਸ ਪਾਸ ਵਾਲੇ ਏਰੀਏ ਚੋਂ ਹੀ ਆਉਣਗੇ ਕਿਉਂਕਿ ਬਹੁਤ ਦੂਰੋਂ ਤਾਂ ਉਹੀ ਜਿਹਨੂੰ ਬਹੁਤ ਹੀ ਜ਼ਿਆਦਾ ਜੁੰਬਿਸ਼ ਹੈਗਾ ਤੇ ਬਹੁਤ ਚਾਅ ਦੇ ਨਾਲ ਆ ਰਿਹਾ। ਤੇ ਲੇਕਿਨ ਸਾਡਾ ਖੁੱਲਾ ਸੱਦਾ ਵੈਸੇ ਆਪਣੇ ਦੁਆਬਾ ਏਰੀਏ ਨੂੰ ਤੇ ਆਸ ਪਾਸ ਦੇ ਏਰੀਏ ਦੇ ਵਿੱਚ ਸਕੂਲਾਂ, ਕਾਲਜਾਂ, ਲੋਕਾਂ, ਬੱਚੇ, ਵੱਡੇ, ਬਜ਼ੁਰਗ ਸਭ ਨੂੰ ਹੈਗਾ। ਪਾਣੀ ਦਾ ਇੰਤਜ਼ਾਮ ਹੋਏਗਾ, ਜਾਂਦਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ ਔਰ ਸੀਐਮ ਸਾਹਿਬ ਖੁਦ ਮੌਜੂਦ ਹੋਣਗੇ। ਅੱਛਾ, ਥੋੜਾ ਜਿਹਾ ਬਰੀਫ ਕਰ ਦਿਓ ਕਿ ਜੇਕਰ ਸਵੇਰੇ ਕਿਸੇ ਨੇ ਆਉਣਾ ਤਾਂ ਕਿਵੇਂ ਉਹਨਾਂ ਦੀ ਐਂਟਰੀ ਇੱਥੇ ਹੋਵੇਗੀ ਤਾਂ ਕਿ ਕੋਈ ਖੱਜਲ ਖੁਆਰੀ ਉਹਨਾਂ ਨੂੰ ਨਾ ਹੋਵੇ ਇੱਥੇ ਆ ਕੇ? ਸਾਡਾ ਪੀਏਪੀ ਦੇ ਵਿੱਚ ਇਸ ਪਾਸਿਓਂ ਐਂਟਰੀ ਗੇਟ ਹੈਗੇ ਨੇ, ਉੱਥੇ ਪ੍ਰੋਪਰ ਸਿਕਿਉਰਿਟੀ ਦਾ ਥੋੜਾ ਚੈੱਕਅਪ ਹੋਏਗਾ, ਉਸ ਦੇ ਬਾਅਦ ਉਹਨਾਂ ਨੂੰ ਅੰਦਰ ਆਉਣਾ ਅਲਾਓ ਹੋ ਜਾਏਗਾ। ਔਰ ਦੋ ਤਰਫ ਸਾਡੇ ਕੋਲ ਗਰਾਊਂਡਸ ਬਣੇ ਹੋਏ ਨੇ ਔਰ ਸਾਰੇ ਪਾਸੇ ਸਾਡੇ ਕੋਲ ਮੈਟਸ ਪਿੱਛੇ ਹੋਣਗੇ ਤੇ ਇੱਕ ਵਾਰੀ ਜਿਹੜਾ ਵੀ ਕੋਈ ਆਉਣਾ ਚਾਹੇਗਾ ਥੋੜਾ ਜਿਹਾ ਉਹਨਾਂ ਨੂੰ ਕਿਉਂਕਿ ਕਾਫੀ ਸੀਐਮ ਸਿਕਿਉਰਿਟੀ ਕਰਕੇ ਥੋੜਾ ਜਿਹਾ ਚੈਕਿੰਗ ਰੱਖਣੀ ਪੈਂਦੀ ਹੈਗੀ ਹੈ ਤੇ ਉਹ ਥੋੜਾ ਮਾਈਂਡ ਸੈਟਅਪ ਠੀਕ ਰੱਖਣ ਕਿ ਥੋੜਾ ਜਿਹਾ ਟਾਈਮ ਲੱਗ ਸਕਦਾ ਅੰਦਰ ਐਂਟਰ ਹੋਣ ਨੂੰ। ਲੇਕਿਨ ਜੋ ਵੀ ਆਏਗਾ ਖੁੱਲ੍ਹਿਆ ਸੱਦਾ ਹੈਗਾ ਤੇ ਬਾਹਾਂ ਖੋਲ੍ਹ ਕੇ ਸਾਰਿਆਂ ਦਾ ਸਵਾਗਤ ਹੈਗਾ। ਠੀਕ ਹੈ, ਇਹਦੇ ਲਈ ਕੋਈ ਪਾਸ ਤਾਂ ਨਹੀਂ ਰੱਖੇਗੇ? ਬਿਨਾਂ ਪਾਸ ਤੋਂ ਐਂਟਰੀ ਹੋਏਗੀ? ਜੀ, ਬਿਨਾਂ ਪਾਸ ਤੋਂ। ਠੀਕ ਹੈ। ਅੱਛਾ, ਵੈਸੇ ਤਾਂ ਕਹਿੰਦੇ ਯੋਗਾ ਹਰ ਕਿਸੇ ਨੂੰ ਕਰਨਾ ਚਾਹੀਦਾ, ਤਾਂ ਜਿਵੇਂ ਇਹ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਸੀਐਮ ਭਗਵੰਤ ਮਾਨ ਹੋਣਾ ਨੇ, ਕੀ ਲੱਗਦਾ ਕਿਵੇਂ ਦਾ ਅਸਰ ਇਹਦਾ ਨਜ਼ਰ ਆਏਗਾ ਲੋਕਾਂ ਤੇ? ਇਹ 2-3 ਮਹੀਨੇ ਪਹਿਲਾਂ ਇਹਦੀ ਲਾਂਚ ਹੋਈ ਸੀਗੀ। ਫੇਜ਼ 1 ਦੇ ਵਿੱਚ ਅਸੀਂ 4 ਸ਼ਹਿਰਾਂ ਦੇ ਵਿੱਚ ਇਹ ਯੋਗਸ਼ਾਲਾ ਸ਼ੁਰੂ ਕੀਤੀ ਹੈਗੀ ਹੈ। ਸਾਡੇ ਕੋਲ ਇਸ ਸਮੇਂ 70 ਟ੍ਰੇਨਡ ਟ੍ਰੇਨਰਸ ਹੈਗੇ ਹੈ ਔਰ ਉਹਨਾਂ ਦੇ ਨਾਲ ਅਸੀਂ ਮਿਲ ਕੇ ਇਹਨਾਂ 4 ਸ਼ਹਿਰਾਂ ਦੇ ਵਿੱਚ ਜਿਵੇਂ ਕਿ ਕਪੂਰਥਲਾ, ਪਟਿਆਲਾ, ਲੁਧਿਆਣਾ ਤੇ ਅੰਮ੍ਰਿਤਸਰ, ਇਹਨਾਂ ਸ਼ਹਿਰਾਂ ਦੇ ਵਿੱਚ ਆਲਰੇਡੀ ਇਹ ਸ਼ੁਰੂ ਕਰਤਾ ਹੋਇਆ ਔਰ ਹਰ ਮੁਹੱਲੇ ਦੇ ਵਿੱਚ ਅਸੀਂ 20-30, 40-40 ਬੰਦਿਆਂ ਦੇ ਗਰੁੱਪ ਇਕੱਠੇ ਕਰਦੇ ਹਾਂ ਤੇ ਉਹਨਾਂ ਨੂੰ ਇਹ ਯੋਗਾ ਸਿਖਾ ਰਹੇ ਹਾਂ। ਇਹ ਦਿਸ ਇਜ਼ 1 ਵੈਰੀ ਬਿਗ ਸਟੈਪ ਟੁਵਰਡਸ ਹੋਲਸਮ ਨੈਚੁਰਲ ਵੇ ਆਫ ਮੇਨਟੇਨਿੰਗ ਗੁੱਡ ਹੈਲਥ ਐਂਡ ਕੀਪਿੰਗ ਡਿਜ਼ੀਜ਼ ਅਵੇ। ਐਂਡ ਇਸ ਚੀਜ਼ ਨੂੰ ਲੈ ਕੇ ਅਸੀਂ ਆਪਣਾ ਹੈਲਥ ਸਿਸਟਮ ਨੂੰ ਪੂਰੀ ਤਰ੍ਹਾਂ ਇੱਕ ਪੈਰਾਡਾਈਮ ਸ਼ਿਫਟ ਦੇ ਰਹੇ ਹੈਗੇ ਹਾਂ ਕਿ ਟ੍ਰੀਟਮੈਂਟ ਵੱਲ, ਐਲੋਪੈਥੀ ਵੱਲ ਬੜੀ ਮਜਬੂਰੀ ਵਿੱਚ ਜੇ ਜਾਣਾ ਪਊਗਾ ਤਾਂ ਜਾਵਾਂਗੇ, ਪਰ ਅਸੀਂ ਆਪਣੇ ਲੋਕਾਂ ਨੂੰ ਵੈਸੇ ਹੀ ਜੜੋਂ ਹੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨ ਲਈ ਬਹੁਤ ਸੋਹਣਾ ਇੱਕ ਬਹੁਤ ਵੱਡੇ ਲੈਵਲ ਤੇ ਉਪਰਾਲਾ ਹੈਗਾ। ਹੁਣ ਅਸੀਂ ਕੱਲ ਦੇ ਦਿਨ 5 ਨਵੇਂ ਸ਼ਹਿਰਾਂ ਦੇ ਵਿੱਚ ਵੀ ਇਸ ਪ੍ਰੋਗਰਾਮ ਨੂੰ ਲਾਂਚ ਕਰਨ ਜਾ ਰਹੇ ਹੈਗੇ ਹੈ ਤੇ ਇਸ ਕਰਕੇ ਕੱਲ ਇਸ ਸ਼ੁਭ ਮੌਕੇ ਤੇ ਸੀਐਮ ਸਾਹਿਬ ਵੱਲੋਂ ਇਹ ਅਨਾਊਂਸਮੈਂਟ ਵੀ ਕੀਤੀ ਜਾਣੀ ਹੈ। ਅੱਛਾ ਸਰ, ਜਿਵੇਂ ਮੈਂ ਦੇਖ ਰਿਹਾ ਕਿ ਇਹ ਮੁਲਾਜ਼ਮ ਲੱਗੇ ਹੋਏ ਨੇ ਮੈਟ ਵਿਛਾਉਣ ਦੇ ਲਈ, ਤਾਂ ਇਹ ਪੂਰੀ ਗਰਾਊਂਡ ਦੇ ਵਿੱਚ ਐਵੇਂ ਮੈਟ ਵਿਛਾਏ ਜਾਣਗੇ? ਹਾਂਜੀ, ਇਸੇ ਤਰ੍ਹਾਂ ਪੂਰੇ ਗਰਾਊਂਡ ਦੇ ਵਿੱਚ ਮੈਟ ਵਿਛਾਏ ਜਾਣਗੇ ਔਰ ਮੇਰਾ ਖਿਆਲ ਹੈ ਹਿੰਦੁਸਤਾਨ ਦੇ ਵਿੱਚ ਇੰਟਰਨੈਸ਼ਨਲ ਡੇ ਆਫ ਦੀ ਯੋਗਾ ਨੂੰ ਇਸ ਸਾਲ ਇੰਨੇ ਵੱਡੇ ਪੱਧਰ ਦੇ ਉੱਤੇ ਇਹ ਸਭ ਤੋਂ ਵੱਡਾ ਲੈਵਲ ਹੋਏਗਾ ਜਿਸ ਦੇ ਉੱਤੇ ਇਸ
लैवल से असीं सैलीब्रेट करन जा रहे हैं। ठीक है सर, धन्यवाद तमाम जानकारी देने लई। सो ये तैयारियां जिहड़ियां ने कल वास्ते कीतियां जा रही ने, क्योंकि कल सीएम भगवंत मान इत्थे पहुंच रहे ने, सीएम की योगशाला हैगी है, तां वड्डे पद्धर ते तैयारियां कीतियां जा रही ने। तां जानकारी दित्ती है कि 15,000 के करीब जिहड़े ने ओह पार्टिसिपेंट इत्थे हिस्सा लैणगे, सीएम भगवंत मान उहनां दे नाल योगा करनगे, तां इक चंगी शुरुआत हैगी है लोकां नूं जिहड़ा ओह तंदरुस्त रखण दे लई। कैमरामैन रिंकू दे नाल मनप्रीत सिंह कालों, जगबाणी टीवी जलंधर।